ਤੇ ਜਾਵਾਂਗੇ, ਨਹੀਂ ਜਪ ਕਰਾਂਗੇ ਅਸੀਂ ਸੁਖੀ ਸੁਖੀ ਕਰ ਨਾ ਜਾਵਾਂਗੇ, ਅਸੀਂ ਗੋ ਗੋ ਚੱਕਰ ਵਿੱਚ ਫਸ ਜਾਵਾਂਗੇ ਜੂਨਾਂ ਵਿੱਚ, ਤੇ ਫੇਰ ਦਰਾ ਉਖਣ ਕੇ ਆ ਜਾਵਾਂ ਤੁਹਾਡੇ ਕੋਲ। ਤਾਈ ਬਾਗੂ ਜੀ ਪਹਿਲੇ ਕਹਿੰਦੇ ਆ ਕਿ ਤੁਸੀਂ ਪਹਿਲੋਂ ਨਾ ਜੂਨਾਂ ਵਿੱਚ ਚਲ ਜਾਇਓ, ਪਹਿਲੋਂ ਅਸੀਂ ਜੂਨਾਂ ਵਿੱਚ ਹੋ ਕੇ ਆਇਆ। ਬਾਗੂ ਜੀ ਨੇ ਹੁਣੇ ਸਾਡੇ ਕੋਲ ਕਿਰਪਾ ਕੀਤੀ ਆ ਕਿ ਤੁਸੀਂ ਨਾ ਜਪ ਜਪ ਕੇ ਮੇਰੇ ਕੋਲ ਸੁਖੀ ਸੁਖੀ ਕਰ ਲਾ ਜੋ। ਬਾਗੂ ਜੀ ਇੱਕ ਵੇ ਪੁੱਛਣਾ ਸੀਗਾ ਕਿ ਪੰਜ ਚੋਰ ਕਿੱਥੇ ਰਹਿੰਦੇ ਆ? ਪੰਜ ਚੋਰ ਤਾਤ ਦੇ ਰਸਤੇ ਤੇ ਰਹਿੰਦੇ ਆ। ਅੱਛਾ ਅੱਛਾ, ਆਪਾਂ ਤਾਤ ਦੇ ਰਸਤੇ ਤੇ ਰਹਿੰਦੇ ਆ, ਤੇ ਇਹ ਕਿੱਥੇ ਨੇ ਪੰਜ ਚੋਰ? ਉਦਾਂ ਹੋਰ ਕਿੱਥੇ ਰਹਿੰਦੇ? ਵਾਹਿਗੁਰੂ ਜੀ ਕੀ ਦੱਸਦੇ ਕਿੱਥੇ ਰਹਿੰਦੇ ਆ? ਵਾਹਿਗੁਰੂ ਜੀ ਦੱਸਦੇ ਆ ਇਹਦੇ ਦੇ ਹੀ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੈਂ ਹਾਲਾ, ਅਮਤ ਰੂਤੇ ਮਮ ਖਨਾ ਬੁਝੇ, ਕੋਈ ਨਾ ਸੁਣੇ ਪੁਕਾਰਾ। ਵਾਹਿਗੁਰੂ ਵਾਹਿਗੁਰੂ, ਸਾਡਾ ਅੰਮ੍ਰਿਤ ਰਸ ਲੁੱਟਦੇ ਆ? ਹਾਂਜੀ ਮਾਤਾ। ਇਹ ਅੰਮ੍ਰਿਤ ਰਸ ਕਿੱਥੇ ਰੱਖਿਆ ਵਾਹਿਗੁਰੂ ਜੀ ਨੇ? ਅੰਮ੍ਰਿਤ ਰਸ ਦਸਲੇ ਦਵਾਰ ਵਿੱਚ ਇੱਥੇ ਲਿਖਿਆ ਹੈ। ਅੱਛਾ, ਖੁੰਟਾ ਭਰ ਕੇ ਰੱਖਿਆ ਵਾ। ਹਾਂਜੀ ਮਾਤਾ ਜੀ। ਤੇ ਗੁਰਬਾਣੀ ਗੁਰੂ ਅੰਮ੍ਰਿਤ ਰਸ ਬਾਰੇ ਕੀ ਕਹਿੰਦੇ ਆ? ਕਹਿੰਦੇ ਆ ਕਿ ਨਾਮ ਜਪ ਜਪ ਕੇ ਤੇ ਤੁਸੀਂ ਅੰਮ੍ਰਿਤ ਰਸ ਜਪ ਜਪ ਕਰ ਕਰ ਕੇ ਅੰਮ੍ਰਿਤ ਰਸ ਵਿੱਚੋਂ ਕੱਢ ਲੋ ਤੇ ਅੰਮ੍ਰਿਤ ਰਸ ਪੀ ਲੋ। ਕੀ ਕਹਿੰਦੇ? ਅੰਤਰ ਖੁੰਟਾ ਅੰਮ੍ਰਿਤ ਖੁੰਟਾ ਅੰਮ੍ਰਿਤ ਫੈਲਿਆ, ਸਬਰੇ ਕਾਲ ਪੀਏ ਪਨਹਾਰੇ। ਸਤਿ ਬਚਨ ਵਾਹਿਗੁਰੂ ਜੀ।